ਕਦੇ ਦੇਖਿਆ ਹੈ ਖਿਡਾਰੀਆਂ ਦਾ ਐਡਾ ਕੱਦ ਕਾਟ ਉਮਰ 21 ਸਾਲ ਤੇ ਹਾਈਟ 7 ਫੁੱਟ 2 ਇੰਚ ਦੂਜੇ ਖਿਡਾਰੀ ਦੀ ਉਮਰ 15 ਸਾਲ ਤੇ ਕੱਦ 7 ਫੁੱਟ 1 ਇੰਚ ਵਿਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਨੇ 16 ਨੰਬਰ ਦੇ ਬੂਟ ਇਹ ਤਸਵੀਰਾਂ ਬਾਸਕਟਬਾਲ ਚੈਂਪੀਅਨਸ਼ਿਪ ਮੈਚ ਦੀ ਰਿਹਰਸਲ ਦੀਆਂ ਨੇ ਜਿਸ ਦੇ ਵਿੱਚ ਇਸ ਵਾਰ 7-7 ਫੁੱਟ ਦੇ ਖਿਡਾਰੀ ਖਾਸ ਤੌਰ ਤੇ ਖਿੱਚ ਦਾ ਕੇਂਦਰ ਰਹਿਣ ਵਾਲੇ ਨੇ ਇਸ ਵਾਰ ਦੀ ਬਾਸਕਟਬਾਲ ਚੈਂਪੀਅਨਸ਼ਿਪ ਦੇ ਵਿੱਚ 7 ਫੁੱਟ ਤੋਂ ਵੱਧ ਦੀ ਹਾਈਟ ਵਾਲੇ ਇਹ ਖਿਡਾਰੀ ਟੀਮ ਦੇ ਵਿੱਚ ਹਿੱਸਾ ਲੈ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਆਰੀਅਨ ਜੋ ਕਿ 21 ਸਾਲਾਂ ਦਾ ਹੈ ਤੇ ਇਸ ਦੀ ਹਾਈਟ 7 ਫੁੱਟ 2 ਇੰਚ ਹੈ ਜਦਕਿ 15 ਸਾਲ ਦੇ ਜਗਮੀਤ ਦੀ ਹਾਈਟ 7 ਫੁੱਟ 1 ਇੰਚ ਹੈ ਵੱਡੀ ਗੱਲ ਇਹ ਹੈ ਕਿ ਇਹ ਦੋਨੋਂ ਹੀ ਬਾਸਕਟਬਾਲ ਚੈਂਪੀਅਨਸ਼ਿਪ ਦੇ ਵਿੱਚ ਖਿਡਾਰੀ ਨੇ ਤੇ ਦੋਨਾਂ ਨੂੰ ਹੀ ਇੱਕੋ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੇਸ਼ੱਕ ਇੱਥੇ ਟੀਮ ਨੂੰ ਲੰਬੀ ਹਾਈਟ ਦਾ ਫਾਇਦਾ ਜ਼ਰੂਰ ਹੈ ਕਿ ਬਾਸਕਟਬਾਲ ਦੇ ਵਿੱਚ ਬਾਲ ਪਾਣਾ ਆਸਾਨ ਰਹਿੰਦਾ ਹੈ ਪਰ ਦੂਜੇ ਪਾਸੇ ਇਹਨਾਂ ਨੂੰ ਕਈ ਚੀਜ਼ਾਂ ਭਾਰਤ ਵਿੱਚ ਨਹੀਂ ਮਿਲਦੀਆਂ ਤੇ ਵਿਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਨੇ ਜਿਵੇਂ ਕਿ ਇਹਨਾਂ ਦੇ ਬੂਟ 16 ਨੰਬਰ ਦੇ ਇਹਨਾਂ ਦੇ ਬੂਟ ਨੇ ਜੋ ਕਿ ਭਾਰਤ ਵਿੱਚ ਨਹੀਂ ਮਿਲਦੇ ਤੇ ਦੋਨਾਂ ਨੂੰ ਹੀ ਫਿਰ ਵਿਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਨੇ ਇਸ ਵਾਰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ 73ਵੀਂ ਬਾਸਕਟਬਾਲ ਚੈਂਪੀਅਨਸ਼ਿਪ ਹੋ ਰਹੀ ਹੈ ਜਿਸ ਦੇ ਵਿੱਚ 21 ਸਾਲਾਂ ਆਰੀਅਨ ਜਿਸ ਦੀ ਹਾਈਟ 7 ਫੁੱਟ 2 ਇੰਚ ਹੈ ਤੇ 15 ਸਾਲ ਦੇ ਜਗਮੀਤ ਜਿਸ ਦੀ ਹਾਈਟ 7 ਫੁੱਟ 1 ਇੰਚ ਹੈ ਦੋਨੋਂ ਹਿੱਸਾ ਲੈ ਰਹੇ ਨੇ ਤੇ ਸਭ ਦਾ ਧਿਆਨ ਦੋਨਾਂ ਵੱਲ ਹੀ ਰਹਿਣ ਵਾਲਾ ਹੈ ਹਾਲਾਂਕਿ ਇਹਨਾਂ ਨੇ ਵੀ ਦੱਸਿਆ ਹੈ ਕਿ ਇਹਨਾਂ ਨੂੰ ਆਪਣੇ ਕੱਪੜੇ ਬਾਜ਼ਾਰੋਂ ਨਹੀਂ ਮਿਲਦੇ ਦਰਜੀ ਤੋਂ ਸਵਾਉਣੇ ਪੈਂਦੇ ਨੇ ਹਾਈਟ ਵੱਡੀ ਹੋਣ ਦੇ ਫਾਇਦੇ ਜ਼ਰੂਰ ਨੇ ਪਰ ਕਿਤੇ ਨਾ ਕਿਤੇ ਕੁਝ ਦਿੱਕਤਾਂ ਵੀ ਆਉਂਦੀਆਂ ਨੇ ਪਰ ਦੋਨਾਂ ਦਾ ਹੀ ਸੁਪਨਾ ਆ ਕਿ ਉਹ ਦੇਸ਼ ਦਾ ਪੰਜਾਬ ਦਾ ਨਾਮ ਰੋਸ਼ਨ ਕਰਨ ਮੇਰੀ ਬਈ 7 ਫੁੱਟ ਪੂਰੀ ਹਾਂਜੀ ਮੇਰੀ 15 ਸਾਲ ਜੀ ਹਾਂਜੀ ਹਾਂਜੀ ਬਾਸਕਟਬਾਲ ਜੀ ਮੈਨੂੰ 2 ਸਾਲ ਹੋਇਆ ਜੀ ਬਾਸਕਟਬਾਲ ਸ਼ੁਰੂ ਕੀਤੀ ਨੂੰ ਹਾਂਜੀ ਡਿਫਰੈਂਸ ਤਾਂ ਜੀ ਕੋਈ ਨਹੀਂ ਵੈਸੇ ਸਾਰੇ ਸੇਮ ਹੀ ਹੁੰਦੇ ਆ ਬਸ ਇਹ ਸੌਖਾ ਕਿ ਬਾਲ ਪਾਣੀ ਸੌਖੀ ਆ ਅਤੇ ਟੀਮ ਨੂੰ ਐਡਵਾਂਟੇਜ ਹੋ ਜਾਂਦੀ ਆ ਹਾਂਜੀ 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 ਜੀ ਮੈਂ ਲੁਧਿਆਣੇ ਨੂੰ ਰੀਪ੍ਰਜੈਂਟ ਕਰ ਚੁੱਕਿਆ ਵਾਂ ਅਤੇ ਹੁਣ ਅੱਗੇ ਪੰਜਾਬ ਨੂੰ ਕਰਾਂਗਾ ਜੀ ਮੈਂ ਜੀ ਦੋਹਾ ਕਤਰ ਗਿਆ ਸੀ ਇੰਡੀਆ ਵੱਲੋਂ ਖੇਡਣ ਹਾਂਜੀ ਇੰਟਰਨੈਸ਼ਨਲ ਅਤੇ ਫਿਰ ਮੈਂ ਜੂਨੀਅਰ ਐਨ ਬੀ ਏ 'ਤੇ ਵੀ ਗਿਆ ਸੀ 1 ਸਾਲ ਪਹਿਲਾਂ ਅਤੇ ਵੈਸੇ ਸਟੇਟ ਵੀ ਲਗਾ ਲਈ ਹੈ ਜੀ ਅੰਡਰ 16 ਜੀ ਹਾਂਜੀ ਅੱਗੇ ਜਾ ਕੇ ਜੀ ਦੇਖਦੇ ਹਾਂ ਜੇ ਐਨ ਬੀ ਏ 'ਚ ਜਾ ਕੇ ਦੇਖਦੇ ਐਨ ਬੀ ਏ ਅਕੈਡਮੀ ਜਾਂ ਕਿਸੇ 'ਚ ਐਡਮਿਸ਼ਨ ਮਿਲਦਾ ਤਾਂ ਹਾਂਜੀ ਮਿਹਨਤ ਤਾਂ ਪੂਰੀ ਆ ਜੀ ਹਾਂਜੀ ਜੀ ਇਹਨਾਂ ਨੇ ਮੈਨੂੰ ਦੇਖਿਆ ਸੀ ਖੇਡਦੇ ਹੋਏ ਅਤੇ ਮੈਨੂੰ ਫਿਰ ਫੋਨ ਕੀਤਾ ਅਤੇ ਮੈਂ ਫਿਰ ਇੱਥੇ ਆਇਆ ਹਾਂਜੀ ਜੀ ਸਾਈਜ਼ ਤਾਂ ਮੇਰਾ 15 ਹੈ ਬਾਹਰੋਂ ਹੀ ਮੰਗਾਉਣੇ ਪੈਂਦੇ ਆ ਬੂਟ ਔਖੇ ਮਿਲਦੇ ਆ ਮਤਲਬ ਜੀ ਜਿਵੇਂ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਤਾਂ ਉਹ ਮੰਗਵਾ ਦਿੰਦੇ ਆ ਜੀ ਮੈਂ ਦਿੱਲੀ ਸੇ ਆਇਆ ਹੂੰ ਮੈਂ ਬਾਸਕਟਬਾਲ ਖੇਲਤਾ ਹੂੰ ਯਹਾਂ ਪੇ ਲੁਧਿਆਣਾ ਮੈਂ ਸੀਨੀਅਰ ਨੈਸ਼ਨਲ ਖੇਲਨੇ ਕੇ ਲਿਏ ਆਇਆ ਹੂੰ ਜੀ ਮੁਝੇ ਖੇਲਤੇ ਹੋਏ 6 ਸਾਲ ਹੋ ਗਏ ਹਾਂਜੀ ਦਿੱਲੀ ਕੀ ਟੀਮ ਸੇ ਖੇਲਤਾ ਹੂੰ ਹਾਂਜੀ ਜੀ ਕਾਫੀ ਅੱਛਾ ਐਕਸਪੀਰੀਅੰਸ ਹੈ ਕਾਫੀ ਅੱਛੀ ਨੈਸ਼ਨਲ ਚੱਲ ਰਹੀ ਹੈ ਇਹ ਦਿੱਲੀ ਟੀਮ ਕੀ ਹਮਾਰੀ ਟੀਮ ਇਸ ਵਾਰ ਕਾਫੀ ਅੱਛੀ ਹੈ ਕਾਫੀ ਸੀਨੀਅਰ ਐਕਸਪੀਰੀਅੰਸ ਪਲੇਅਰ ਹੈ ਜੀ ਮੇਰੀ ਹਾਈਟ 7 ਫੁੱਟ 2 ਇੰਚ ਹੈ ਹਾਂਜੀ ਜੀ ਹਾਈਟ ਕਾ ਤੋ ਬਾਸਕਟਬਾਲ ਗੇਮ ਹੀ ਸਾਰਾ ਹਾਈਟ ਕਾ ਹੈ ਹਾਈਟ ਕਾ ਕਾਫੀ ਐਡਵਾਂਟੇਜ ਮਿਲਤਾ ਹੈ ਤੋ ਉਸੀ ਐਡਵਾਂਟੇਜ ਕਾ ਯੂਜ਼ ਕਰਕੇ ਹਮ ਆਪਣੀ ਟੀਮ ਕੋ ਆਗੇ ਪਹੁੰਚਾਉਣ ਦੀ ਕੋਸ਼ਿਸ਼ ਕਰਤਾ ਹੂੰ ਹਾਂਜੀ ਮੇਰੇ ਫਾਦਰ ਕੀ ਹਾਈਟ ਹੈ 6 ਫੁੱਟ 7 ਇੰਚ ਔਰ ਮੇਰੀ ਮੰਮੀ 5-7 ਕੀ ਹੈ ਹਾਂਜੀ ਜੀ ਮੈਂ 6 ਸਾਲ ਹੋ ਗਏ ਨਹੀਂ 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 ਮੈਂ ਸ਼ੁਰੂ ਸੇ ਲੰਬਾ ਥਾ ਮੈਂ ਇਸ ਲਈ ਬਾਸਕਟਬਾਲ ਖੇਲਣਾ ਸਟਾਰਟ ਕਰਾ ਦਾ ਹਾਂਜੀ ਮੈਂ ਇੰਡੀਆ ਕੋ ਰਿਪ੍ਰੈਜੈਂਟ ਕਰ ਚੁੱਕਾ ਹੂੰ ਏਸ਼ੀਆ ਕੱਪ ਮੈਂ
और ओलंपिक क्वालिफायर्स में भी रिप्रेजेंट कर चुके। टीमें सीनियर नेशनल में काफ़ी टीमें अच्छी आती हैं, पंजाब की टीम काफ़ी स्ट्रॉन्ग है, तमिलनाडु की टीम काफ़ी स्ट्रॉन्ग है, तो उनके साथ खेल खेल के हमें भी एक्सपीरियंस मिलता है। जैसे मैं अभी यंग प्लेयर हूँ, मैं 21 साल का हूँ, बाकी टीमों में बड़े सीनियर प्लेयर हैं जो बहुत टाइम से खेल रहे हैं, तो उनके साथ कम्पीट करने में और उनके साथ खेलने में जो एक्सपीरियंस गेन होता है वो बहुत वैल्यूएबल होता है।